ਅਤੇ ਜ਼ੋਮੈਟੋ ਕਰਮੀਆਂ ਨੇ ਕੰਪਨੀ ਵੱਲੋਂ ਗੇੜੇ ਦੇ ਹਿਸਾਬ ਨਾਲ ਦਿੱਤੇ ਜਾਣ ਵਾਲੇ ਪੈਸਿਆਂ 'ਚ ਕਟੌਤੀ ਕਰਨ ਦੇ ਰੋਸ 'ਚ ਆ ਕੇ ਦਾਣਾ ਮੰਡੀ ਵਿਖੇ ਧਰਨਾ ਲਾ ਦਿੱਤਾ। ਇਸ ਮੌਕੇ ਜ਼ੋਮੈਟੋ ਕਰਮੀਆਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ 40 ਰੁਪਏ ਗੇੜੇ ਦੇ ਹਿਸਾਬ ਨਾਲ ਦਿੱਤੇ ਜਾਂਦੇ ਸਨ ਅਤੇ ਨਾਲ ਹੀ 10 ਰੁਪਏ ਰੇਟਿੰਗ ਦੇ ਦਿੱਤੇ ਜਾਂਦੇ ਸਨ, ਪਰ ਹੁਣ ਕੰਪਨੀ ਨੇ ਸਿੱਧਾ 10 ਰੁਪਏ ਕਟੌਤੀ ਕਰ ਦਿੱਤੀ ਹੈ ਅਤੇ ਰੇਟਿੰਗ 'ਚ ਵੀ 5 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਸਰਾਸਰ ਮੁਲਾਜ਼ਮਾਂ ਦੇ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਸਾਰਾ ਦਿਨ ਉਹ ਆਪਣੀ ਜਾਨ ਜੋਖਮ 'ਚ ਪਾ ਕੇ ਡਿਲੀਵਰੀ ਕਰਦੇ ਨੇ, ਪਰ ਕੰਪਨੀ ਵੱਲੋਂ ਨਾ ਤਾਂ ਉਹਨਾਂ ਨੂੰ ਕੋਈ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਵਾਹਨ ਦਾ ਖਰਚਾ ਦਿੱਤਾ ਜਾਂਦਾ ਹੈ। ਸਾਡੀਆਂ ਮੰਗਾਂ ਇਹ ਆ ਬਈ, ਜਦੋਂ ਲੁਧਿਆਣਾ 'ਚ ਕੰਪਨੀ ਜ਼ੋਮੈਟੋ ਐਂਟਰ ਹੋਈ ਸੀਗੀ ਉਦੋਂ ਸਾਨੂੰ 60 ਰੁਪਏ ਰਾਈਡ ਮਿਲਦੀ ਸੀ, ਅੱਜ ਇਹਨਾਂ ਨੇ ਰੇਟ ਘਟਾ ਘਟਾ ਕੇ 30 ਤੋਂ 25 ਦੇ 25 ਤੋਂ 20 ਦੇ ਲਿਆਂਦਾ ਵਾ ਸਾਨੂੰ, ਅਤੇ ਸਾਡੇ ਹੁਣ ਸਾਡੇ ਆਪਣੀ ਮਨਮਾਨੀ ਕਰੀ ਜਾਂਦੀ ਹੈ ਕੰਪਨੀ, ਜਿਹਦੇ ਵਿੱਚ ਸਾਡਾ 100 ਤੋਂ 200% ਸਾਡਾ ਲੋਸ ਜਾ ਰਿਹਾ। ਅਸੀਂ ਸਵੇਰੇ 8 ਵਜੇ ਉੱਠ ਕੇ ਆਏ ਹਾਂ, ਸਾਰੇ ਕੰਮ ਕਾਰ ਆਪਣਾ ਘਰ ਦਾ ਸਾਰਾ ਪਰਿਵਾਰ ਜੋ ਰਿਸ਼ਤੇਦਾਰੀਆਂ ਛੱਡ ਕੇ ਇਸ ਕੰਮ ਦੇ ਵਿੱਚ ਆਏ ਨੇ, ਪਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਅਤੇ ਅਸੀਂ ਇੱਕ ਸਾਡੇ ਲੁਧਿਆਣੇ ਸ਼ਹਿਰ 'ਚ ਇੱਕ ਭਿਖਾਰੀ ਵੀ ਭੀਖ ਮੰਗਦਾ ਨਾ, ਤਾਂ ਸਾਡੇ ਵਰਗਾ ਵੀ ਬੰਦਾ ਨੂੰ 10 ਰੁਪਏ ਕੱਢ ਕੇ ਦੇ ਦਿੰਦਾ, ਸਾਨੂੰ ਰੇਟਿੰਗ ਇੱਕ ਭੀਖ ਦੇ ਬਰਾਬਰ ਸਮਝਣੀ ਪੈਂਦੀ ਆ। ਕਸਟਮਰ ਤੋਂ ਮੰਗੋ, ਕਸਟਮਰ ਹੱਸ ਕੇ ਕੰਮ ਸਾਰ ਦਿੰਦਾ, ਅਤੇ ਸਾਨੂੰ ਅੱਜ ਸਾਡੀ ਮੰਗ ਇਹ ਆ। ਸਾਡਾ ਇੱਕ ਤਾਂ ਜਿਹੜਾ 30 ਰੁਪਏ ਵਾਲਾ ਗੇੜਾ ਸੀ ਚੱਲ ਰਿਹਾ ਸੀ, 10 ਰੁਪਏ ਰੇਟਿੰਗ ਪਲੱਸ 40 ਮਿਲਦੇ ਸੀ, ਅੱਜ ਸਾਡਾ ਗੇੜਾ 40 ਰੁਪਏ ਹੀ ਹੋਣਾ ਚਾਹੀਦਾ ਵਾ, ਅਤੇ ਸਾਨੂੰ ਨਾ ਕੋਈ ਮੋਬਾਈਲ ਦਾ ਖਰਚਾ। ਸਾਡੀ ਬਾਈਕ ਦੇ ਲੋਕਾਂ ਦੀ 3-3 ਮਹੀਨੇ ਦੀ ਸਰਵਿਸ ਹੁੰਦੀ, ਸਾਡੀ 10 ਦਿਨ ਬਾਅਦ ਸਰਵਿਸ ਹੁੰਦੀ, ਕੋਈ ਟਾਇਰ ਬਾੜ ਗਿਆ, ਟਿਊਬ ਪੜਿਆ, ਸਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਕਲੇਮ ਨਹੀਂ, ਠੀਕ ਹੈ। ਉਹਦੇ ਵਿੱਚ ਸਾਨੂੰ ਕੋਈ ਮੈਡੀਕਲ ਕਲੇਮ ਨਹੀਂ। ਇੱਕ ਰਾਹੋਂ ਰੋਡ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਪਾਣੀ ਦਾ ਨਰਕ ਬਣਿਆ, ਕਹਿੰਦੇ ਦੂਜਾ ਨਰਕ, ਜਿਹਨੇ ਨਹੀਂ ਦੇਖਿਆ ਉਹ ਰਾਹੋਂ ਰੋਡ ਚੱਲ ਜਾਵੇ, ਉਹ ਨਰਕ ਇਹੋ ਜਿਹਾ। ਮਾੜਾ ਜਿਹਾ ਪਾਣੀ ਪੈਂਦਾ, ਸਾਨੂੰ ਘਰੇ ਜਾ ਕੇ ਡਿਟੋਲ ਨਾਲ ਪੈਰ ਧੋਣੇ ਪੈਂਦੇ, ਅਸੀਂ ਦਿਨ 'ਚ 4-4 ਵਾਰੀ ਘੜੇ ਗੇੜੇ ਮਾਰਦੇ ਹਾਂ, ਫਿਰ ਡਿਟੋਲ ਨਾਲ ਪੈਰ ਧੋ ਕੇ ਬਿਮਾਰੀਆਂ ਨਾਲ ਲੜ ਕੇ ਕੰਮ ਕਰਦੇ ਹਾਂ। ਅਤੇ ਕੰਪਨੀ ਉੱਪਰ ਬੈਠੀ ਹੋਈ ਆ, ਉਹ ਆਪਣੇ ਮਜ਼ੇ ਲੈ ਰਹੀ ਹੈ। ਟੀ ਐਲ ਆਂ ਤਾਂ ਪਤਾ ਹੀ ਨਹੀਂ ਕਿ ਬੰਦਿਆਂ ਦੀ, ਸਾਡੇ ਤੋਂ ਥਰੂ ਪੈਸਾ ਕਮਾਇਆ ਜਾ ਰਿਹਾ, ਜਿਹੜੇ 2-2 ਲੱਖ ਰੁਪਏ ਤਨਖਾਹਾਂ ਲਿੱਤੀਆਂ ਜਾ ਰਹੀਆਂ ਸਟਾਫ ਦੀਆਂ, ਉਹ ਸਾਡੇ ਡੰਡਾ ਦੇ ਕੇ ਲਿੱਤੀਆਂ ਜਾ ਰਹੀਆਂ, ਕੋਈ ਹੋਰ ਕੋਈ ਐਸਾ ਸਾਡੇ ਕੋਲ ਕਮਾਈ ਕੀਤੀ ਜਾਂਦੀ ਆ, ਅਤੇ ਸਾਨੂੰ ਹੀ ਸਾਡੀਆਂ ਹੋਰ ਰੇਟ ਘਟਾਏ ਜਾ ਰਹੇ ਆ। ਕੱਲ੍ਹ TL ਆਇਆ ਸਾਡੇ ਕੋਲ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਰੇਟ ਕਿਉਂ ਘਟਾਏ, ਅਸੀਂ ਐਗਰੀ ਨਹੀਂ ਹੈਗੇ। ਅਤੇ ਅਸੀਂ ਉਹਨਾਂ ਨੂੰ ਇਹ ਕੁਐਸਚਨ ਕੀਤਾ ਕਿ ਜੇ ਤੁਹਾਡੀ ਸੈਲਰੀ 30,000 ਹੈ ਅਤੇ ਤੁਹਾਨੂੰ 2-3 ਮਹੀਨੇ ਬਾਅਦ 20,000 ਦਿੱਤੀ ਜਾਵੇ, ਤਾਂ ਤੁਹਾਡੀ ਕੀ ਫੀਲਿੰਗ ਹੋਊਗੀ? ਇੱਕ 8 ਘੰਟੇ 10 ਘੰਟੇ ਮਜ਼ਦੂਰ ਵੀ, ਜਿਹੜਾ ਪ੍ਰਵਾਸੀ ਮਜ਼ਦੂਰ ਸਾਡੇ ਸ਼ਹਿਰ ਜਾ ਕੇ ਕੰਮ ਕਰਦਾ, ਉਹ ਵੀ ਟੋਰ ਨਾਲ 500-600 ਰੁਪਏ ਦਿਹਾੜੀ ਲੱਗ ਜਾਂਦਾ ਅਤੇ ਇੱਜ਼ਤ ਨਾਲ ਜਾਂਦਾ। ਸਾਡੀ ਲੇਬਰ ਨਾਲੋਂ ਵੀ ਮਾੜੀ ਹਾਲਤ ਹੋਈ ਪਈ ਆ, ਅਤੇ ਅਸੀਂ ਠੰਡ ਹੋਵੇ ਰਾਤੀ, ਇੱਕ ਸਾਨੂੰ ਮੈਨੂੰ ਬੰਦੇ ਨੇ ਆਪਣੀ ਆਪ ਕਹਿੰਦਾ ਮੇਰਾ ਮੁੰਡਾ 22 ਸਾਲ ਦਾ ਵੈ, ਅਤੇ ਉਹਨੂੰ ਮੈਂ 22 ਸਾਲ ਦਾ ਕੀਤਾ ਹੋਇਆ, ਜੇ ਉਹਨੂੰ ਮੈਂ ਕਹਾਂ ਨਾ ਪਾਣੀ ਦਾ ਗਲਾਸ ਫੜਾ ਦੇ ਰਜਾਈ 'ਚੋਂ ਉੱਤਰ ਗਿਆ, ਗਰਮੀ 'ਚ ਧੁੱਪੇ ਜਾ ਕੇ ਉਹ ਫੜਾਊਗਾ ਨਹੀਂ, ਅਸੀਂ ਦਿਲੋਂ ਜਾਂਦੇ। ਅਤੇ ਕਸਟਮਰ ਸਾਡੇ ਨਾਲ ਇੰਨੀ ਮਿਸਬਿਹੇਵ ਨਾਲ ਗੱਲ ਕਰਦਾ, ਫਿਰ ਵੀ ਅਸੀਂ ਖੁਸ਼ ਹੋ ਗਏ, ਚਲੋ ਸਾਡੀਆਂ ਮਜਬੂਰੀਆਂ ਨੇ, ਪਰ ਸਾਡੀ ਮਜਬੂਰੀ ਇੱਕ ਫਾਇਦਾ ਹੁੰਦਾ, ਜਮ੍ਹਾਂ ਹੀ ਫਾਇਦਾ ਚੱਕੀ ਜਾ ਰਹੇ ਆ। ਅਤੇ ਸਾਡੀ ਮੰਗ ਇਹ ਆ ਕਿ ਅਸੀਂ ਸਟ੍ਰਾਈਕ ਉਦ ਤੱਕ ਰੱਖਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ। ਅਸੀਂ ਹੁਣ 30 ਰੁਪਏ ਗੇੜਾ ਨਹੀਂ, ਅਸੀਂ 40 ਰੁਪਏ ਗੇੜਾ ਲਵਾਂਗੇ, ਸਾਡੀ ਜ਼ੋਮੈਟੋ ਟੀਮ ਸਾਡੇ ਨਾਲ ਹੈਗੀ ਆ। ਜਿਹੜਾ ਤੁਸੀਂ ਹੁਣ ਤੱਕ ਫੂਡ ਪ੍ਰੋਵਾਈਡ ਕਰ ਰਹੇ ਹੋ ਪਬਲਿਕ ਨੂੰ ਜੀ, ਕਦੀ ਕੰਪਨੀ ਨੇ ਫੂਡ ਚੈੱਕ ਕਰਵਾਇਆ ਵੀ ਕਿਹੜੇ ਢਾਬੇ ਦਾ ਫੂਡ ਗ੍ਰੇਡ ਹੈ ਵਧੀਆ ਹੈਗਾ, ਕਿਹੜੇ ਢਾਬੇ ਦਾ ਫੂਡ ਮਾੜਾ ਹੈ? ਨਹੀਂ ਸਰ, ਸਾਨੂੰ ਇਹਦੇ ਬਾਰੇ ਕੋਈ ਅਵੇਅਰਨੈਸ ਨਹੀਂ ਹੈਗੀ। ਜੋ ਉਹਨਾਂ ਨੇ ਪੈਕ ਕਰਕੇ ਦਿੱਤਾ, ਬਿਲਕੁਲ ਜੋ ਉਹਨਾਂ ਨੇ ਪੈਕ ਕਰਤਾ, ਦੇਖੋ ਸਾਡਾ ਕੰਮ ਹੈ ਡਿਲੀਵਰੀ ਕਰਨਾ, ਅਸੀਂ ਇੱਕ ਢਾਬੇ ਤੋਂ ਲਿਆ ਖਾਣਾ ਜਾ ਕੇ ਡਿਲੀਵਰੀ ਕਰ ਦਿੱਤੀ, ਸਾਡਾ ਸਿਰਫ ਮੋਟਿਵ ਇਹੀ ਹੈ। ਅਸੀਂ ਈਵਨ ਦੇਖੋ ਸਾਡੀ ਜਿੰਨੀ ਵੀ ਟੀਮ ਹੈਗੀ, ਜਦੋਂ ਵੀ ਕਿਸੇ ਨੂੰ ਕਾਲ ਕਰਦੀ ਹੈ ਤਾਂ ਬੜੇ ਰਿਸਪੈਕਟਿਡ ਹੁੰਦੇ, ਸਰ ਜ਼ੋਮੈਟੋ ਤੋਂ ਬੋਲ ਰਹੇ ਜੀ, ਤੁਹਾਡਾ ਆਰਡਰ ਹੈ, ਕਿੱਥੇ ਆਉਣਾ? ਕਸਟਮਰ ਕਹਿੰਦਾ ਜੀ ਲੋਕੇਸ਼ਨ ਦੇ, ਅਸੀਂ ਲੋਕੇਸ਼ਨ 'ਤੇ ਚੱਲ ਜਾਣਾ, ਕਸਟਮਰ ਕਹਿੰਦਾ ਜੀ 2 ਕਿਲੋਮੀਟਰ ਹੋਰ ਆ ਜਾਓ, ਜਦੋਂ ਅਸੀਂ ਕਾਲ ਸਪੋਰਟ 'ਤੇ ਸਪੋਰਟ ਕਰ ਲਿਆ, ਕਹਿੰਦੇ ਆਪਕੋ ਜਾਣਾ ਪੜੇਗਾ, ਕਾਲ ਸਪੋਰਟ ਵਾਲਾ ਤਾਂ ਕੰਪਿਊਟਰ ਦੇ ਸਾਹਮਣੇ ਬੈਠਾ, ਉਹਨੂੰ ਕੀ ਪਤਾ ਕਿ 2 ਕਿਲੋਮੀਟਰ ਕਿੰਨਾ ਹੈਗਾ, 2 ਕਿਲੋਮੀਟਰ ਜਾਣ ਜਾਣ ਦੀ ਕੀ ਆ, ਸਾਨੂੰ 4 ਕਿਲੋਮੀਟਰ। ਭਾਜੀ ਪਹਿਲਾਂ ਸ਼ੁਰੂ ਤੋਂ ਰੇਟ ਸੀ ਕੰਪਨੀ ਨੇ 60 ਰੁਪਏ, ਫਿਰ ਕੰਪਨੀ ਨੇ ਰੇਟ ਕੀਤਾ 40 ਰੁਪਏ, ਅੱਜ ਰੇਟ ਘਟਾ ਕੇ ਕਰਤਾ 25 ਰੁਪਏ। ਭਾਜੀ ਤੁਸੀਂ ਇੱਕ ਗੱਲ ਦੱਸੋ, ਅੱਜ ਦੇ ਟਾਈਮ ਦੇ ਵਿੱਚ ਪੈਟਰੋਲ ਵੱਧ ਰਿਹਾ, ਹਰ ਇੱਕ ਚੀਜ਼ ਦਾ ਰੇਟ ਵੱਧ ਰਿਹਾ, ਅਸੀਂ 25 ਰੁਪਏ 'ਚ ਕਿੱਦਾਂ ਸਰਵਾਈਵ ਕਰ ਲਾਂਗੇ? ਭਾਜੀ 5 ਕਿਲੋਮੀਟਰ ਆਉਣ ਅਤੇ 5 ਕਿਲੋਮੀਟਰ ਜਾਣ, ਅਗਰ ਆਪਾਂ ਸਕੂਟਰ ਦੀ ਐਵਰੇਜ ਕੱਢ ਕੇ ਦੇਖੀਏ ਨਾ ਤੇ 25 ਰੁਪਏ, 7 ਕਿਲੋਮੀਟਰ ਦਾ ਤੇਲ ਵੀ ਨਹੀਂ ਪੈਂਦਾ ਹੈਗਾ, ਸਾਨੂੰ ਤੇਲ ਦਾ ਖਰਚਾ ਵੀ ਨਹੀਂ ਪੈਣਾ, ਅਸੀਂ ਦਿਹਾੜੀ ਕੀ ਕਮਾ ਲਾਂਗੇ? ਭਾਜੀ ਦੱਸੋ, ਜੇ ਕੱਲ੍ਹ ਨੂੰ ਟੀਮ ਸੁਣਨ 'ਚ ਆ ਰਿਹਾ ਵੀ ਕੋਈ ਵੀ ਫੂਡ 'ਚ ਕੋਈ ਕਮੀ ਹੁੰਦੀ ਆ ਜਾਂ ਫੂਡ ਵਧੀਆ ਨਹੀਂ ਹੁੰਦਾ, ਲੋਕ ਢਾਬੇ ਵਾਲੇ ਨੂੰ ਫੋਨ ਕਰਨ ਤੋਂ ਸਿਵਾਏ ਜ਼ੋਮੈਟੋ ਵਾਲੇ ਨੂੰ ਗਾਲੀ ਗਲੋਚ ਕਰਦੇ? ਬਿਲਕੁਲ ਭਾਜੀ, ਇਹ ਚੀਜ਼ ਹੁੰਦੇ ਆ ਸਰ, ਇਹ ਚੀਜ਼ ਬਿਲਕੁਲ ਜੈਨੂਅਨ ਹੈ ਤੁਹਾਡੀ, ਬਿਲਕੁਲ ਸਹੀ ਸਵਾਲ ਹੈਗਾ ਵੀ ਜੇ ਕੋਈ ਗਲਤੀ ਨਿਕਲਦੀ ਹੈ ਨਾ ਤੇ ਉਹ ਨਜ਼ਰਾਂ ਕਿਤੇ ਫੁੱਕਿਆ ਜਾਂਦਾ, ਉਹ ਢਾਬੇ ਵਾਲਾ ਕਹਿੰਦਾ ਅਸੀਂ ਤਾਂ ਪੈਕ ਕਰਕੇ ਦੇਤਾ, ਰੀਜ਼ਨ ਵਾਲੀ ਗੱਲ ਹੈ ਭਾਜੀ, 10 ਮਿੰਟ ਦਾ ਰਸਤਾ, 10 ਮਿੰਟ ਦੇ ਰਸਤੇ ਜ਼ੋਮੈਟੋ ਵਾਲਾ ਕੀ ਕਰ ਲਏਗਾ ਭਾਜੀ?
ਉਹ ਜੋ ਵੀ ਨਜ਼ਰਾਂ ਗਿਰਿਆ ਜਾਂਦਾ ਜ਼ੋਮੈਟੋ ਰਾਈਡਰ ਦੇ ਉੱਪਰ ਗਿਣਿਆ ਜਾਂਦਾ। ਇਸ ਕਰਕੇ ਅਸੀਂ ਸਾਡੀ ਇਹ ਵੀ ਡਿਮਾਂਡ ਹੈ ਭਾਜੀ, ਜਿਹੜੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਹੈ ਨਾ, ਅਸੀਂ ਜ਼ੋਮੈਟੋ ਦੇ ਸਾਹਮਣੇ ਰੱਖ ਰਹੇ ਹਾਂ। ਅਸੀਂ ਜ਼ੋਮੈਟੋ ਕੰਪਨੀ ਦੇ ਅਗੇਂਸਟ ਨਹੀਂ ਹਾਂ, ਸਾਨੂੰ ਸਿਰਫ ਸਾਡਾ ਹੱਕ ਚਾਹੀਦਾ। ਅਸੀਂ ਇੱਕ ਬੰਦਾ ਜਿਹੜਾ 10,000 ਦੀ ਨੌਕਰੀ ਕਰਦਾ, ਉਹ ਵੀ ਸਾਲ ਬਾਅਦ ਇਹ ਸੋਚਦਾ ਕਿ ਯਾਰ ਮੇਰੀ ਤਨਖਾਹ 11,000 ਹੋ ਜਾਏਗੀ। ਪਰ ਅਸੀਂ ਜ਼ੋਮੈਟੋ ਦੇ ਰਾਈਡਰ ਇਹੋ ਜਿਹੇ ਹੈਗੇ ਹਾਂ ਕਿ ਜਿਨ੍ਹਾਂ ਨੂੰ ਇਹ ਡਰ ਪਿਆ ਰਹਿੰਦਾ ਕਿ ਅੱਜ 10,000 ਰੁਪਇਆ ਕਮਾ ਰਹੇ ਹਾਂ ਨਾ, ਪਤਾ ਨਹੀਂ ਅਗਲੇ ਮਹੀਨੇ 9,000 ਕਦੋਂ ਹੋ ਜਾਣਾ। ਸੋ ਤੁਹਾਡੇ ਘਰ ਤੱਕ ਇੱਕ ਫੋਨ ਕਾਲ ਤੇ ਖਾਣਾ ਪਹੁੰਚਾਉਣ ਵਾਲੇ ਜ਼ੋਮੈਟੋ ਕਰਿੰਦਿਆਂ ਨੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਆਖੀ ਹੈ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।